ਸਾਥੀ ਚੰਗਾ ਹੋਵੇ ਜਿਹੜਾ ਸਭ ਤੋਂ ਆਪਣੇ ਘਰ ਵਾਲਿਆਂ ਨਾਲ ਚੰਗਾ ਹੈ, ਘਰ ਵਾਲਿਆਂ ਵਖਤ ਪਾਇਆ ਹੋਵੇ, ਤਲਫਰਾਟ ਪਿਆ ਹੋਵੇ ਘਰੇ ਚ, ਚਾਂ ਚਾਂ ਘਰੇ ਵਾਲੇ ਕਰਨੇ ਪਏ ਆਉਣ, ਕਦੇ ਇਹ ਕਰ ਗਿਆ ਕਦੇ ਉਹ ਕਰ ਗਿਆ, ਤੇ ਬਾਹਰ ਜੀ ਬੜੇ ਅਖਲਾ ਤੇ ਬਹੁਤ ਬੜੇ ਪੀਰ ਸਾਹਿਬ ਤੇ ਬਹੁਤ ਬੜੇ ਮੁਫਤੀ ਸਾਹਿਬ ਤੇ ਬਹੁਤ ਬੜੇ ਅਲਾਮਾ ਸਾਹਿਬ, ਤੇ ਘਰ ਵਕਤ ਪਿਆ ਹੋਵੇ, ਕਦੇ ਇਸ ਨਾ ਹੱਕ ਤਲਫ, ਕਦੇ ਉਹ ਤੰਗ ਹੈ, ਕਦੇ ਔਲਾਦ ਤੰਗ ਹੋਣ, ਧੀਆਂ ਤੰਗ ਹੋਣ, ਜਨਾਨੀ ਤੰਗ ਹੈ, ਮਹੱਲੇ ਵਾਲੇ ਤੰਗ ਹੋਣ, ਬਰਾਦਰੀ ਸਾਰੀ ਤੰਗ ਹੈ, ਤੇ ਦੂਸਰਿਆਂ ਵਾਸਤੇ ਬਾਹਰ ਵਾਲਿਆਂ ਵਾਸਤੇ ਤੂੰ ਚੰਗਾ ਬਣਿਆ, ਘਰ ਵਾਲਿਆਂ ਵਾਸਤੇ ਪਹਿਲੇ ਚੰਗਾ ਬਣਨਾ, ਇੱਥੇ ਅੱਗ ਕਿਉਂ ਲਾਈ ਆ, ਅੱਗੀ ਜੋ ਗਿਆ ਠੀਕ ਆ ਕਹਿਣਾ, ਘਰ ਅੱਗ ਲਾਈ ਆ, ਅੱਗੀ ਜੋ ਗਿਆ ਤੇ ਬਾਹਰ ਚੰਗਾ ਬਣਿਆ। ਹਜ਼ੂਰ ਫਰਮਾਇਆ ਤੁਸਾਂ ਚ ਚੰਗਾ ਹੋਵੇ ਜਿਹੜਾ ਸਭ ਤੋਂ ਪਹਿਲੇ ਘਰ ਵਾਲਿਆਂ ਨਾਲ ਚੰਗਾ, ਤੇ ਅਨਾ ਖੈਰ ਹੁਕਮ ਲਿਆ ਹਲੀ, ਤੇ ਇਹ ਨਹੀਂ ਕਿ ਮੈਂ ਸਿਰਫ ਤੁਸਾਂ ਹੁਕਮ ਦੇਣਾ, ਹੁਕਮ ਵੀ ਦੇ ਸਕ, ਮੈਂ ਨਬੀ ਹਾਂ, ਭਾਵੇਂ ਕੰਮ ਨਾ ਕਰਾਂ ਤੇ ਹੁਕਮ ਦੇ ਸਕਣਾ, ਤੁਸੀਂ ਕਰੋ, ਮੈਂ ਅੱਲਾ ਇਖਤਿਆਰ ਦਿੱਤਾ, ਲੇਕਿਨ ਨਹੀਂ ਮੈਂ ਅਮਲ ਉਸ ਵੇ ਹਸਰ ਹੈ ਮੇਰਾ। ਇਹ ਨਾ ਆਖੋ ਜੀ ਕਮਲੀ ਵਾਲਾ ਸਿਰਫ ਹੁਕਮ ਦੇ ਗਿਆ ਤੇ ਅਮਲ ਨਹੀਂ ਕੀਤਾ, ਨਾ ਖੈਰ ਹੁਕਮ ਲਿਆ ਅਲੀ, ਤੇ ਤੁਸਾਂ ਸਾਰਿਆਂ ਕੋਲੋਂ ਆਪਣੇ ਘਰ ਵਾਲੇ ਵਾਸਤੇ ਚੰਗਾ ਮੈਂ ਵਾਂ, ਤੇ ਜਿਹੜਾ ਘਰ ਵਾਲੇ ਵਾਸਤੇ ਚੰਗਾ ਹੋਵੇ, ਇਹ ਹਜ਼ੂਰ ਨੀ ਪੱਕੀ ਹਦੀਸ ਹੈ, ਸਾਰੇ ਮੰਨਣ ਤੇ ਸਮਝ ਆਏ ਕਿ ਜਿਹੜੇ ਘਰ ਵਾਲੇ ਵਾਸਤੇ ਚੰਗਾ ਹੋਵੇ ਤੇ ਫਿਰ ਧੀਆਂ ਨੇ ਪੁੱਤਰ ਪੁੰਸ ਚੰਗੇ ਲੱਗਣੇ, ਤੇ ਫਿਰ ਫਾਤਮਾ ਜੀ ਧੀ ਹੋਵੇ, ਆ ਸੈਯਦਤੁਨ ਨਿਸਾ ਬਇਸਮਤ ਤਨਹਾ, ਮੇਰੀ ਇਹ ਗੁਰਬਾਈ ਮੈਨੂੰ ਯਾਦ ਆ ਗਈ, ਆ ਸੈਯਦਤੁਨ ਨਿਸਾ ਬਇਸਮਤ ਤਨਹਾ ਮਖਦੂਮਾ ਬਕਾਇਨਾਤ ਮਰਦੋ ਜ਼ਨਹਾ ਉਮੇ ਹਸਨੈਨੋ ਬਿੰਤੇ ਖੈਰੁਲ ਬਸ਼ਰਤ ਜ਼ਹਰਾ ਰਜ਼ੀ ਅੱਲਾਹੁ ਤਾਲਾ ਅਨਹਾ। ਤੇ ਫਾਤਮਾ ਜੀ ਧੀਓ ਨੇ ਪੁੱਤਰ ਹੋਣ, ਤੇ ਫਿਰ ਹਸਨ ਹੋਵੇ, ਤੇ ਉਧਰੋਂ ਹੁਸੈਨ ਹੋਵੇ, ਤੇ ਦੋਵਾਂ 'ਚ ਹੁਸਨ ਵੀ ਹੋਵੇ, ਇੱਕ ਹਸਨ ਹੋਵੇ ਤੇ ਇੱਕ ਹੁਸੈਨ ਹੋਵੇ, ਤੇ ਦੋਵਾਂ ਦਾ ਮਾਤਾ ਜਿਹੜਾ ਹੁਸਨ ਹੋਵੇ, ਜਿਹੜਾ ਹਰ ਤਕੜੇ ਵਾਲੀ ਅੱਖਾਂ ਸੋਹਣਾ ਲੱਗੇ, ਕਿਉਂਕਿ ਸੋਹਣਾ ਬੰਦਾ ਜਿਹੜਾ ਹੋਵੇ ਨਾ, ਉਸ ਦੁਸ਼ਮਣ ਵੀ ਤੱਕੇ ਤੇ ਉਹ ਕੰਬਾ ਖਾਣਾ ਵਾ, ਡਾਢਾ ਸੋਹਣਾ ਪੈਦਾ ਕੀਤਾ ਸੀ।